ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਮੈਂ ਡਾਕਟਰ ਕੁਸ਼ ਲੂਥਰਾ, ਕੰਸਲਟੈਂਟ ਨਿਊਨੈਟਲ ਐਂਡ ਪੀਡੀਆਟ੍ਰਿਕ ਸਰਜਨ ਐਂਡ ਪੀਡੀਆਟ੍ਰਿਕ ਯੂਰੋਲੋਜਿਸਟ ਐਟ SPS ਹੋਸਪਿਟਲਸ। ਅੱਜ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੂੰਗਾ ਇੱਕ ਅਜਿਹੀ ਬਿਮਾਰੀ ਬਾਰੇ ਜੋ ਕਿ ਆਪਣੇ ਰੀਜਨ ਵਿੱਚ ਬਹੁਤ ਕਾਮਨ ਹੈ ਅਤੇ ਅੱਜ ਕੱਲ੍ਹ ਬਹੁਤ ਕਾਮਨਲੀ ਪਾਈ ਜਾਂਦੀ ਹੈ, ਪਰ ਉਹਦਾ ਇਲਾਜ ਇੰਨਾ ਐਕਸੈਸਿਬਲ ਅਤੇ ਇੰਨਾ ਈਜ਼ੀਲੀ ਅਵੇਲੇਬਲ ਨਹੀਂ ਹੈ। ਉਸ ਬਿਮਾਰੀ ਨੂੰ ਕਹਿੰਦੇ ਹਾਂ ਹਾਈਪੋਸਪੇਡੀਅਸ। ਇਹ ਕੀ ਹੈ? ਹਾਈਪੋਸਪੇਡੀਅਸ ਕੀ ਹੁੰਦਾ ਹੈ? ਹਾਈਪੋਸਪੇਡੀਅਸ ਇੱਕ ਇਹੋ ਜਿਹੀ ਬਿਮਾਰੀ ਹੈ ਜਿਹਦੇ ਵਿੱਚ ਬੱਚੇ ਦੇ ਪਿਸ਼ਾਬ ਦਾ ਰਸਤਾ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਇਆ ਹੁੰਦਾ। ਪਿਸ਼ਾਬ ਦਾ ਜਿਹੜਾ ਸੁਰਾਖ ਹੈ ਉਹ ਟਿਪ 'ਤੇ ਹੋਣ ਦੀ ਬਜਾਏ, ਨੋਰਮਲੀ ਟਿਪ 'ਤੇ ਹੋਣਾ ਚਾਹੀਦਾ ਹੈ, ਬਟ ਟਿਪ 'ਤੇ ਹੋਣ ਦੀ ਬਜਾਏ ਇੱਕ ਆਪਣੇ ਪੀਨਸ ਦੇ ਅੰਡਰ ਸਰਫੇਸ, ਜਿਹਨੂੰ ਕਹਿੰਦੇ ਥੱਲੜੇ ਪਾਸੇ, ਸਕਰੋਟਮ ਤੱਕ ਕਿਤੇ ਵੀ ਹੋ ਸਕਦਾ ਹੈ। ਹੁਣ ਇਹ ਇੱਕ ਬਹੁਤ ਕੰਪਲੀਕੇਟਿਡ ਡਿਜ਼ੀਜ਼ ਹੈ। ਕਈ ਵਾਰ ਇਹਦੇ ਨਾਲ ਐਸੋਸੀਏਟਿਡ ਹੋਰ ਵੀ ਪ੍ਰੋਬਲਮਸ ਹੁੰਦੀਆਂ, ਜਿਵੇਂ ਅਨਡਿਸਐਂਡਡ ਟੈਸਟਿਸ, ਯਾਨੀ ਅੰਡਕੋਸ਼ ਪੂਰੀ ਆਪਣੀ ਜਗ੍ਹਾ 'ਤੇ ਨਾ ਹੋਣੇ, ਜਾਂ ਐਸੋਸੀਏਟਿਡ ਹਰਨੀਆ, ਜਾਂ ਪਿਸ਼ਾਬ ਦੇ ਰਸਤੇ ਦਾ ਅਬਨੋਰਮਲ ਬੈਂਡ ਹੋਣਾ। ਹੁਣ ਇਸ ਬਿਮਾਰੀ ਦਾ ਕੀ ਇਲਾਜ ਹੈ? ਇਸ ਬਿਮਾਰੀ ਦਾ ਇਲਾਜ ਓਪਰੇਸ਼ਨ ਹੈ। ਜੇ ਜ਼ਿਆਦਾ ਡਿਸਟੈਂਸ ਨਾ ਹੋਵੇ, ਜਿਵੇਂ ਆਪਾਂ ਕਹਿ ਸਕਦੇ ਹਾਂ ਡਿਸਟਲ, ਮਿਡ ਅਤੇ ਪਿਨ ਪ੍ਰੋਕਸੀਮਲ, ਇਹ ਤਿੰਨ ਤਰ੍ਹਾਂ ਦਾ ਹੋ ਸਕਦਾ ਹੈ, ਯਾਨੀ ਜਾਂ ਤਾਂ ਟਿਪ ਤੋਂ ਥੋੜ੍ਹਾ ਜਿਹਾ ਥੱਲੇ, ਜਾਂ ਇੱਕਦਮ ਬਹੁਤ ਦੂਰੀ। ਡਿਸਟੈਂਸ ਜਿੰਨਾ ਜ਼ਿਆਦਾ ਹੁੰਦਾ ਹੈ ਉਨਾ ਜ਼ਿਆਦਾ ਕੰਪਲੀਕੇਟਿਡ ਇਹਦੀ ਸਰਜਰੀ ਹੈ ਅਤੇ ਉਹਨਾਂ ਨੂੰ ਸਟੇਜ ਸਰਜਰੀ ਦੀ ਲੋੜ ਪੈਂਦੀ ਹੈ। ਅਤੇ ਅੱਜ ਅਸੀਂ ਐਸੇ ਹੀ ਤਰ੍ਹਾਂ ਦੇ ਪੇਸ਼ੈਂਟ ਜਿਨ੍ਹਾਂ ਦਾ ਅਸੀਂ ਇਲਾਜ ਕੀਤਾ ਉਹਨਾਂ ਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੇ। ਮੇਰਾ ਨਾਮ ਰਣਜੀਤ ਸਿੰਘ ਜੀ, ਮੇਰੇ ਬੱਚੇ ਦਾ ਨਾਮ ਵੀ ਪੰਜੋਤ ਸਿੰਘ ਜੀ, ਫਤਿਹਗੜ੍ਹ ਸਾਹਿਬ ਤੋਂ ਜੀ। ਬੱਚੇ ਨੂੰ ਇਹ ਜਾਮਣੂ, ਬੱਚੇ ਦੇ ਸਰਾਗ ਸੀਗਾ ਜੀ ਬਾਥਰੂਮ ਵਾਲੀ ਜਗ੍ਹਾ, ਨੀਚੇ ਸੂਤਾਂ ਦੇ ਸਿਉਣ 'ਚ ਜੀ ਪ੍ਰੋਬਲਮ ਜੀ। ਸਹੀ ਜਗ੍ਹਾ ਨੂੰ ਬਾਥਰੂਮ ਨਹੀਂ ਤਾਂ ਜੀ ਆਉਂਦਾ, ਸਰਾਗ ਥਾਈ ਬਾਥਰੂਮ ਆ ਰਿਹਾ ਸੀਗਾ ਜੀ। ਹਾਂਜੀ, ਨੋਕਲ ਦਿਖਾਇਆ ਸੀਗਾ ਜੀ, ਉਹ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਬੱਚੇ ਦਾ ਓਪਰੇਸ਼ਨ ਹੋਊਗਾ ਜੀ, ਫਿਰ ਓਪਰੇਸ਼ਨ ਨਾਲ ਸੈੱਟ ਹੋਊਗਾ ਜੀ ਬੱਚਾ। ਇਹ ਹੋ ਗਿਆ ਜੀ 2.5 ਸਾਲ ਹੋਣ ਵਾਲੇ ਜੀ ਬੱਚੇ ਨੂੰ, ਮਤਲਬ ਅਸੀਂ ਜਾਮਣੂ ਦਿਖਾ ਰਹੇ ਹਾਂ ਜੀ, ਜਦੋਂ ਸਾਨੂੰ ਪਤਾ ਲੱਗਿਆ ਜੀ। ਰੈਫਰ ਸਾਨੂੰ ਜੀ ਖੰਨੇ ਹੋਸਪਿਟਲ ਆ ਜੀ, ਪ੍ਰਾਈਵੇਟ ਕ੍ਰਿਸ਼ਨ ਵਾਲਿਆਂ ਜੀ। ਉਹਨਾਂ ਨੇ ਬੱਚਾ ਜਾਂ ਜਾਮਣੂ ਦੀ ਉਹਨੇ ਖੁਰਾਕ ਛੱਡਤੀ ਸੀਗੀ, ਫਿਰ ਸਾਨੂੰ SSP ਹੋਸਪਿਟਲ 'ਚ ਰੈਫਰ ਕਰਤਾ ਸੀਗਾ ਜੀ, ਡਾਕਟਰ ਖੁਸ਼ੀ ਜੀ। ਡਾਕਟਰ ਖੁਸ਼ ਜੀ ਇਹਨਾਂ ਨੇ ਸਾਡਾ ਐਡਮਿਟ ਕੀਤਾ ਜੀ ਬੱਚੇ ਦਾ, ਮਤਲਬ ਹੁਣ ਸਾਡਾ ਬੱਚਾ ਬਿਲਕੁਲ ਠੀਕ ਹੈ ਜੀ। ਹਾਂਜੀ, ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਜੀ, ਸਾਨੂੰ ਬਹੁਤ ਵਧੀਆ ਜੀ ਸਰਵਿਸ ਲੱਗੀ ਬੱਚੇ ਦੀ, ਹੋਸਪਿਟਲ ਦੀ ਜੀ। ਨਹੀਂ ਡਾਕਟਰ ਸਾਹਿਬ ਨੂੰ ਕੁਛ ਨਹੀਂ ਕਹਿੰਦੇ, ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਜੀ, ਇਹਨੇ ਸਾਡਾ ਬੱਚਾ ਠੀਕ ਕਰਤਾ ਜੀ। ਹਾਈਪੋਸਪੇਡੀਅਸ ਦਾ ਇਲਾਜ ਕਦੋਂ ਕਰਾਉਣਾ ਚਾਹੀਦਾ ਹੈ? ਕੀ ਉਮਰ ਹੈ ਜਦੋਂ ਬੱਚੇ ਦਾ ਓਪਰੇਸ਼ਨ ਹੋਣਾ ਚਾਹੀਦਾ? ਆਈਡੀਅਲ ਏਜ ਆਫ ਸਰਜਰੀ ਕਿਆ ਹੈ? ਪੇਰੈਂਟਸ ਦੇ ਮਨ ਵਿੱਚ ਇਹੋ ਜਿਹੇ ਬਹੁਤ ਸਵਾਲ ਆਉਂਦੇ ਹੈ। ਦੇਖੋ, ਇਹਦਾ ਆਈਡੀਅਲ ਏਜ ਆਫ ਸਰਜਰੀ ਇਜ਼ 9 to 18 months ਆਫ ਏਜ, 9 to 18, ਜਦੋਂ ਜਾਂ ਤਾਂ ਬੱਚਾ 9 ਮਹੀਨੇ ਦੀ ਉਮਰ ਦਾ ਹੋਵੇ ਅਤੇ ਮੈਕਸੀਮਮ 18 ਮਹੀਨੇ ਤੱਕ ਦੀ ਉਮਰ, ਇਹ ਆਈਡੀਅਲ ਏਜ ਹੈ। ਬਟ ਆਪਣੇ ਇੰਡੀਅਨ ਸਿਨਾਰੀਓ ਵਿੱਚ ਆਪਾਂ ਇਹ ਕਹਿੰਦੇ ਹਾਂ ਕਿ ਬਿਫੋਰ ਸਕੂਲ ਗੋਇੰਗ ਏਜ ਬੱਚੇ ਦਾ ਸਰਜਰੀ ਹੋ ਜਾਣੀ ਚਾਹੀਦੀ ਹੈ, ਕਿਉਂਕਿ ਸਕੂਲ ਵਿੱਚ ਬੱਚੇ ਦੇ ਸਾਈਕੋਸੋਸ਼ਲ ਡਿਵੈਲਪਮੈਂਟ, ਸੋਸ਼ਲ ਬਿਹੇਵੀਅਰ ਅਤੇ ਪੀਅਰ ਪ੍ਰੈਸ਼ਰ, ਇਹ ਸਭ ਚੀਜ਼ਾਂ ਦਾ ਬਹੁਤ ਅਸਰ ਪੈਂਦਾ ਹੈ। ਤਾਂ ਇਸ ਕਰਕੇ ਇਸ ਇਸ ਬਿਮਾਰੀ ਦੀ ਸਰਜਰੀ 9 to 18 months ਜਾਂ ਟੂ ਦ ਲੇਟੈਸਟ ਬਿਫੋਰ ਸਕੂਲ ਗੋਇੰਗ ਏਜ, ਯਾਨੀ 2.5 ਤੋਂ 3 ਸਾਲ ਤੋਂ ਪਹਿਲਾਂ ਹੋ ਜਾਣੀ ਚਾਹੀਦੀ ਹੈ। ਥੈਂਕ ਯੂ।